ਗਿਆ ਭਾਈ ਭਾਈ ਜਿੱਥੇ ਆ ਗਿਆ ਸਰਬਜੀਤ ਨਾਂ ਦਾ ਕੌਣ ਹੈ ਤੁਹਾਡੇ
ਕੀ ਹੈਗਾ ਆਣ ਗੁਆਣ ਦੀ ਨੌਜਵਾਨ ਮਰਿਆ ਪਿਆ ਮਰਿਆ ਪਿਆ ਜੀ ਇੱਕ ਤਾਂ ਕਿੰਨੇ ਸਾਲਾਂ ਦੇ ਉਹਨਾਂ ਦਾ ਘਰ ਦੇ ਵਿੱਚ ਮੈਂ ਦਬਾਅ ਪਾਈ ਬੈਠਾ ਤੇ ਆਪਦੇ ਜਿਹੜੀਆਂ ਝੂਠਾਂ ਬੱਕੀਆਂ ਕਰੀ ਜਾਂਦੇ ਜੋਤਾਂ ਕਰੀਆਂ ਕੱਖ ਨੀ ਮੈਂ ਇਹਨਾਂ ਦਾ ਚੱਲਣ ਦਿੰਦਾ ਚੱਲ ਪੁੱਤ ਚੜੀ ਕਰਕੇ ਜਵਾਨ ਦੁਆਰਾ ਇਹਨਾਂ ਨੂੰ ਨੱਪ ਸਿੱਟਿਆ ਨਾਲ ਪਰਿਵਾਰ ਦੇ ਵਿੱਚ ਠੀਕ ਆ ਤੇ ਪਤਾ ਲੱਗਦਾ ਮੈਂ ਕਿਹੜੇ ਮੌਕੇ ਸੱਟ ਲੈਣਾ ਦਾ ਚੱਲ ਪੁੱਤ ਠੀਕ ਆ ਚੱਲ ਪੁੱਤ ਓਏ ਮੇਰਾ ਸਾਹ ਨਾ
ਪਰਮੇਸ਼ਰ ਪਾ ਦੇਣ। ਠੀਕ ਆ, ਅਮਨਦੀਪ ਕੌਣ? ਚਲੋ ਇਹਨਾਂ ਦੇ ਅਮਨਦੀਪ ਆ। ਠੀਕ ਆ, ਨਾਂ ਦੀ ਜਨਾਨੀ ਆ ਪਿੱਛੇ ਇਹਨਾਂ ਦੇ। ਚੱਲ ਪੁੱਤ ਮੇਰੇ ਨਾਂ ਤੇ ਲਾ ਦੇ ਤੇ ਗੋਰਾ ਛੋਰਾ ਉੱਡਦਾ ਨਾ ਫਿਰ ਤੇ ਮੇਰੇ ਅੱਗੇ ਫਿਰ ਕੀ ਨਾ ਗਏ। ਚੱਲ ਪੁੱਤ
ਜੇ ਬਾਹਰ ਦਾ ਚਾਂਸ ਕਿਹਨੇ ਬਣਾਇਆ ਸੀ ਬਾਹਰ ਜਾਣ ਲਈ ਚੱਕੀ ਆ ਤੂੰ ਕਿਹਾ ਮੈਂ ਨੌਕਰੀ ਬਾਰੇ ਪੁੱਛ ਕੇ ਆਉਣਾ ਤੇ ਕਿਰਪਾ ਤੇਰੇ ਤੇ ਵੀ ਹੋ ਜਾਏ ਠੀਕ ਆ ਇਹ ਉਂਗਲਾ ਜਿਹਾ ਮਾਰ ਕੇ ਚਲਾਇਆ ਸੀ ਮੈਂ ਤੇ ਗੱਲਬਾਤ ਕੀਤੀ ਸੀ ਬਾਬੇ ਤੋਂ ਕਿਰਪਾ ਕਰਾ ਕੇ ਲਿਆਊਂਗਾ ਤੇਰੇ ਤੇ ਵੀ ਲਿਆਊਂਗਾ ਮੈਂ ਮਾਂ ਮੇਰੇ ਮਾਂ ਲਈਏ ਠੀਕ ਆ ਤੇ ਉਹ ਤੇ ਕਰ ਦੇਣਾ ਬਤ ਮੈਂ ਚੱਲ ਪਤਾ ਸਤਿ ਸ਼੍ਰੀ ਅਕਾਲ।
ਅਗਰਬੱਤੀ ਤੇਲ 8 ਲੱਡੂ ਇਹਦੋਂ ਲਵਾ ਕੇ ਖਵਾਜ ਦੀ ਕਢਾਈ ਪਾ ਲਓ ਜੀ ਠੀਕ ਆ ਇਹਦਾ ਕੰਮ ਕਰਾਓ ਇੱਕੀ ਦਿਨਾਂ ਵਿੱਚ ਇਹਦਾ ਕੰਮ ਫਤਿਹ ਕਰਾਓ ਇਹਦੋਂ ਜਗਰਾਤਾ ਕਰਾਓ ਮੁੜ ਕੇ ਠੀਕ ਆ ਹਾਂ ਚਲੋ ਪੁੱਤਰ ਚਲੋ ਪੁੱਤ
ਬੈਠੇ ਆ ਵੀ ਸਾਡੇ ਘਰ ਤੇ ਪਤਾ ਨੀ ਕੀ ਖਾਣਾ ਵਰਦਾ ਪਿਆ ਵੀ 10 ਲੱਖ ਸਾਡੇ ਘਰ ਚ ਆਉਂਦਾ ਤੇ 15 ਲੱਖ ਲੱਗਦਾ, 5 ਲੱਖ ਸਾਡੇ ਘਰ ਕਰਜਾ ਆਉਂਦਾ। ਤੁਹਾਡੇ ਜਿਹੜੇ ਪਰਿਵਾਰ ਦੇ ਵਿੱਚ ਕਹਿੰਦੇ ਆ ਫਸਲ ਬਾੜੀ ਸਾਡੀ ਇਕੱਠੀ ਆ ਤੇ ਚੁੱਲ੍ਹਾ ਇੱਕ ਇਸ ਪਾਸੇ ਆ ਤੇ ਦੂਜੀ ਆ ਦੂਜੀ ਕੰਡੋਲੀ ਦਾ, ਐਵੇਂ ਹੀ ਆ ਚਲੀ ਪਤਾ। ਲੈ
ਪਤਾ ਸੇਵਾ ਦਾ ਰੋ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਕਹਿ ਦੋ ਮਾਤਾ ਦਾ ਰੌਲਾ ਠੀਕ ਆ ਉਹਦੀ ਸੁੱਖ ਲਾ ਕੇ ਇਹਨਾਂ ਨੂੰ ਕਹਿੰਦੇ ਪੁੱਤ ਥੱਲੇ ਡੋਬਣ ਵਾਸਤੇ ਵੀ ਬਸ ਤਾਂ ਹੀ ਨਾ ਹੋਵੇ ਇਹਨਾਂ ਦੇ ਮਾਤਾ ਦਾ ਸਮਾਨ ਪਾ ਕੇ ਪੁੱਤ ਇਹਨਾਂ ਨੂੰ ਕਹੋ ਚਾਹੇ ਜਸ ਪੜ ਕੌਣ ਚ ਸਮਾਨ ਪਾਉਣ ਠੀਕ ਆ ਇਹਨਾਂ ਦੇ ਕਰੋ ਸੈੱਟ ਅਗਰਬੱਤੀ ਤੇਲ ਅੱਠ ਲੱਡੂ ਠੀਕ ਆ ਮਨ ਤੋਂ ਸਾਜਨ ਮਰ ਕੱਟੇ ਮਾਤਾ ਨੂੰ ਕਹੇ ਨੌਜਵਾਨ ਆ ਮੁੰਡਾ ਇਹ ਠੀਕ ਆ ਇਹ ਕਹਿੰਦਾ ਮੈਂ ਆਈ ਮੌਤ ਮਰਿਆ ਵਿਆ ਠੀਕ ਆ ਤੇ ਆਹਦਾ ਮੈਂ ਇੰਨੇ ਸਾਲਾਂ ਦਾ ਇਹਨਾਂ ਦੇ ਘਰ ਦੇ ਵਿੱਚ ਤੇ ਨਿੱਕੇ ਜਿਹੇ ਜਵਾਬ ਦੇ ਬੂਹੇ ਦੇ ਵਿੱਚ ਆ ਕੇ ਖੜ ਕੇ ਕਹਿੰਦਾ ਮੈਂ ਇਹਨਾਂ ਦਾ ਗੇਟ ਵੀ ਖੜਕਾ ਦਿੰਦਾ ਠੀਕ ਆ ਤੇ ਇਹਨਾਂ ਦੇ ਘਰ ਦੇ ਵਿੱਚ ਪਰਛਾਵੇਂ ਵੀ ਪਾਉਣਾ ਤੇ ਮੈਂ ਇਹਨਾਂ ਦੀ ਹਨੇਰੀ ਇਹ ਲਿਆਈ ਖੜਾ ਜਿਹੜੀ ਯਾਦ ਹੀ ਬਣਾਈ ਬੈਠੀ ਆਪ ਨੂੰ ਆਪੇ ਇਹਨਾਂ ਦਾ ਪਤਾ ਹੀ ਲੱਗਦਾ ਕਿਹੜੇ ਕੀ ਪਾਸਾ ਕੀ ਬਣਨਾ ਕੀ ਕਹਾਣੀ ਬਣ ਜਾਂਦੀ ਨਾ ਠੀਕ ਆ ਇਹਨਾਂ ਲੱਡੂ ਪਾ ਕੇ ਪੁੱਤ ਬੰਦ ਕਰ ਦਿਓ ਠੀਕ ਆ ਜੀ ਠੀਕ ਆ ਇਹਨੂੰ ਘਰੋਂ ਇਹਨਾਂ ਦੇ ਕੱਢੋ ਉਦੋਂ ਬਾਅਦ ਇਹ ਨਹੀਂ ਆਊਗਾ ਠੀਕ ਆ ਬਾਪੂ ਚਲੀ ਪੁੱਤ ਛੇ ਮਹੀਨਾ ਤੋਂ ਨੀ ਕਿਤੇ ਮਹੀਨੇ ਤੋਂ ਜਾ ਕੇ ਕਿਤੇ ਜੋਤ ਮੋਤੀ ਤੇਲ ਪਾ ਕੇ ਆਇਆ ਠੀਕ ਆ
ਇੱਕ ਪੁੱਤ ਹੋਏ ਮਨ ਦੇ ਵਿੱਚ ਸੋਚੀ ਜਾਂਦਾ ਬੱਚਾ
ਵੀ ਮੈਂ ਨੌਕਰੀ ਬਾਰੇ ਪੁੱਛਿਆ, ਮੈਂ ਨੌਕਰੀ ਲੱਗ ਸਕਦਾ ਨਹੀਂ ਲੱਗਦਾ, ਕਿਹੜਾ ਮਨ ਸੋਚੀ ਜਾਂਦਾ ਖੜਾ, ਪਹਿਲੇ ਦਿਨ ਆਇਆ ਆ ਜਾ ਫਿਰ ਪਹਿਲੇ ਦਿਨ ਤੂੰ ਵੀ ਆਉਂਦਾ ਲੈ ਪੁੱਤ ਤੇਰੇ ਮਨ ਦੇ ਵਿੱਚ ਇਹ ਆ ਵੀ ਮੇਰਾ ਸਿਰ ਦਾ ਹਿਲਦਾ ਰਹਿੰਦਾ ਐ ਕਰਦਾ ਰਹਿੰਦਾ ਮੇਰੇ ਮੂੰਹ, ਠੀਕ ਆ, ਪਰ ਨਾ ਤਾਂ ਮੈਨੂੰ ਇਹ ਪਤਾ ਲੱਗਦਾ ਵੀ ਸਾਡੇ ਬਾਬਾ ਕਿ ਹੋਰ ਹੀ ਲੱਭਣਾ, ਠੀਕ ਆ ਲੈ ਪੁੱਤ ਤੇਰੇ ਘਰ ਦੇ ਵਿੱਚ ਇੱਕ ਤਾਂ ਨਾਲ ਵਾਲੇ ਪੀਂਟ ਜੋਤ ਲਾਓ, ਠੀਕ ਆ ਚੱਲਦੇ ਤਾਂ ਹੈਗੇ ਮੇਰੇ ਤੋਂ ਪੁੱਛ ਲਾ ਚੱਲਦੇ ਨਾ ਫਿਰ ਮੇਰੇ ਕੋਲ ਤੈਨੂੰ ਆਉਣ ਦੀ ਲੋੜ ਨਹੀਂ, ਠੀਕ ਆ ਦੂਜਾ ਨੰਬਰ ਤੇਰੇ ਘਰ ਦੇ ਵਿੱਚ ਜਿਹਨੂੰ ਕਹਿੰਦੀ ਆ ਮਾਤਾ, ਉਹ ਕਹਿੰਦੀ ਆ ਵੀ ਨਾ ਤਾਂ ਕਿਸੇ ਨੇ ਰਸਤੇ ਪਾਇਆ ਤੇ ਨਾ ਮੈਂ ਬਹਿਣ ਦਿੱਤਾ, ਠੀਕ ਆ ਮਾਈ ਦੀ ਓੜ ਦੇ ਵਿੱਚ, ਠੀਕ ਆ ਇਹ ਬਾਬਾ ਕਹਿੰਦਾ ਵੀ ਭਗਤਾਂ ਮੇਰੀ ਜੋਤ ਤੇ ਜ਼ਰੂਰ ਲਾਉਂਦਾ ਪਰ ਉਹਨੂੰ ਹਜੇ ਤਾਂ ਰਸਤੇ 'ਤੇ ਨਹੀਂ ਪਤਾ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ, ਠੀਕ ਆ ਦੂਜੇ ਨੰਬਰ 'ਤੇ ਪੁੱਤ ਕਹਿੰਦਾ ਬਜ਼ੁਰਗਾਂ ਮੈਂ ਇਹਨਾਂ ਦੇ ਨਾਲ ਤੁਰਿਆ ਫਿਰ, ਠੀਕ ਆ ਕਹਿੰਦਾ ਕਹਿੰਦਾ ਪਿੱਛੋਂ ਤੁਰਿਆ ਆਉਣਾ ਮੈਂ ਇਹਨਾਂ ਨੂੰ ਹਜੇ ਤਾਂ ਮੇਰਾ ਕਿਸੇ ਨੇ ਰਾਹ ਹੀ ਨਹੀਂ ਪਾਇਆ, ਇਹ ਪੁੱਤ ਜਿਹੜਾ ਤੇਰਾ ਬਜ਼ੁਰਗ ਸੀ ਤੁਹਾਡਾ ਕਹਿੰਦਾ ਮੇਰਾ ਚਿੱਟਾ ਸੂਟ ਚੱਲਦਾ, ਠੀਕ ਆ ਕਹਿੰਦਾ ਜੇ ਇਹ ਕੰਮ ਕਰਨਾ ਤੇ ਮੇਰੇ ਨਾਲ ਚਿੱਟਾ ਚੋਲਾ ਪਾ ਕੇ ਰੱਖੀ, ਠੀਕ ਆ ਦੂਜੇ ਨੰਬਰ 'ਤੇ ਕਹਿੰਦਾ ਇਹਨਾਂ ਨੂੰ ਇਹ ਵੀ ਪੁੱਛ ਲਾ ਘਰ ਦੇ ਵਿੱਚ ਵੀ ਪਤਾ ਨਹੀਂ ਲੱਗਦਾ ਮੈਂ ਕਿਹਨੂੰ ਮੰਜੇ 'ਤੇ ਪਾ ਲੈਣੀ, ਠੀਕ ਆ ਦੂਜੇ ਨੰਬਰ 'ਤੇ ਕਹਿੰਦਾ ਜਿਹੜੀ ਪੀਰ ਦੀ ਜੋਤ ਲਾਉਣਾ ਪੁੱਤ ਸਿੱਧੀ ਤੂੰ, ਠੀਕ ਆ ਬਾਬੇ ਦਾ ਚੂਰਮਾ ਬਣਾ ਕੇ ਪੁੱਤ ਅਤੇ ਬਾਬੇ ਦਾ ਸਵਾ ਮਾਨ ਦਾ ਰੋਟ ਬਣਾ ਕੇ, ਠੀਕ ਆ ਪ੍ਰੋਪਰ ਇਹਦੀ ਲਾ ਕੇ ਰੀਲ ਚਲਾ ਕੇ ਨਾਲ ਸੰਤ ਦੀ ਪੁੱਤ ਰੀ ਜੋਤ ਲੱਗੂਗੀ, ਠੀਕ ਆ ਸੰਤ ਕਹਿੰਦਾ ਮੈਨੂੰ ਸੰਤ ਕਹਿੰਦੇ ਉਹਦੀ ਜੋਤ ਲਾਉਣੀ ਪਊਗੀ ਅਤੇ ਦੋ ਪਰੌਂਠੇ ਦੇਣੇ ਪਿਆ ਕਰਦੇ ਨੇ ਮਿੱਠੇ ਬਾਬੇ ਦੇ ਅਤੇ ਨਾਲ ਸਿਰਟ ਲਾ ਕੇ ਰੱਖਣੀ ਪਊਗੀ ਬਾਬਾ ਕਹਿੰਦਾ ਮੇਰੀ ਅਤੇ ਫਿਰ ਇਹਨਾਂ ਘਰ ਦੇ ਵਿੱਚ ਮੈਂ ਦਰਸ਼ਨ ਦਊਂਗਾ ਨਹੀਂ ਤਾਂ ਮੈਂ ਨਹੀਂ ਦਿੰਦਾ, ਚੱਲ ਪੁੱਤ ਪੁੱਛ ਲੈਣੀ ਕੋਈ ਪੁੱਛ ਲੈਣੀ ਉਰੇ
ਮਾਤਾ ਇਹ ਪਿੰਡ ਬੰਨੀ ਵਾਲੀ ਦੀ ਹੈ
ਫਿਰ ਰਲ ਮਿਲ ਕੇ ਕਹਿੰਦੇ ਤੇਰਾ ਔਖਾ ਪਾਣੀ ਬੰਦ ਕੀਤਾ ਮੈਂ ਇਹਨਾਂ ਦੇ ਖੋਲ ਤੋਂ ਕਿੰਨੇ ਪਰ ਚੱਲ ਕੇ ਆ ਕਿ ਨਹੀਂ ਕਬਾੜੇ ਤੋਂ ਫਿਰ ਤਾਂ ਨੇੜੇ ਦਾ ਹੀ ਹੈ ਕੋਈ ਗੱਲ ਨੀ ਫਿਰ ਵੀਰਵਾਰ ਅੱਜ ਨਾਲੇ ਠੀਕ ਹੈ ਇੱਕ ਵਾਰੀ ਸਮਾਨ ਬਣਾ ਦੇ ਕੰਮ ਚੱਲ ਜੂਗਾ ਫਿਰ ਤਾਂ ਨੇੜੇ ਵਾਲਾ ਹੀ ਹੈ ਮੈਂ ਤਾਂ ਕੰਮ ਹੋਰ ਹੀ ਮੰਗਾਉਣ ਲੱਗਾ ਐ ਕਰ ਛੇ ਲੱਡੂ ਲਾਓ ਠੀਕ ਹੈ ਸਾਡੀ ਨਾਲ ਹਿਸਾਬ ਤੂੰ ਆਪੇ ਕਰ ਤੂੰ ਤਾਂ ਨੇੜੇ ਦਾ ਹੀ ਹੈ ਬਸ ਠੀਕ ਆ ਪਤਾ ਦੇਖ ਲੈ ਕੰਮ ਖੋਲ ਦੇ ਵਿਚਾਰੇ ਜਵਾਕਦਾ ਤੈਨੂੰ ਜੋਸ ਬਾਰੇ ਸੇਵਾ ਦੱਸ ਦੂੰਗਾ ਦੱਸੀ ਠੀਕ ਹੈ ਲਾਲਾ ਨੇ ਪੀਰ ਦਾ ਰੌਲਾ ਕਹਿੰਦੇ ਘਰ ਇੱਕ ਕਮਾਨ ਕਾਲਕਾ ਦਾ ਰੌਲਾ ਠੀਕ ਆ ਬਾਬਾ ਖੇਤਰਪਾਲ ਕਹਿੰਦਾ ਮੰਮੀ ਥੋੜਾ ਟਿੱਡਾ ਹੋਇਆ ਪਿਆ ਉਹ ਵੀ ਰੌਲਾ ਇਹਨਾਂ ਦੇ ਘਰ ਚ ਮੈਂ ਸਭ ਕੁਝ ਵੇਖ ਲਿਆ ਮੈਂ ਤੈਨੂੰ ਹੋਰ ਕਿਹੜੀ ਗੱਲ ਕਹੀ ਜਾਂਦਾ ਹੈ ਤੂੰ ਆਪ ਜਾਣ ਕੇ ਠੀਕ ਆ ਮੇਰੇ ਕਾ ਕਹੂਗਾ ਨਾ ਤੂੰ ਮੰਨ ਲਾ ਤੂੰ ਪੜਾ ਕੇ ਦੇਣੇ ਜੋਤ ਲਾ ਲੂੰਗਾ ਅਸੀਂ ਤੈਨੂੰ ਕਿਹਾ ਤੇ ਛੇ ਲੱਡੂ ਲਾ ਕੇ ਬੰਦ ਕਰ ਹੈ ਨੀ ਕੁਛ ਵੀ ਠੀਕ ਆ ਬੰਦ ਹੋਏ।